ਜੀ ਮਠਿਆਈਆਂ, ਮਿੱਠੀਆਂ ਮਿੱਠੀਆਂ, ਰਸਗੁੱਲੇ, ਗੁਲਾਬ ਜਾਮੁਨ, ਬਰਫੀਆਂ, ਰਸਬਰੀਆਂ, ਰਸਮਲਾਈਆਂ, ਸਾਰੀਆਂ ਮਠਿਆਈਆਂ ਲੈ ਲਓ ਜੀ। ਲੈ ਲਓ ਜੀ ਰੱਖੜੀਆਂ, ਨੇਕ ਬਨੇਕੀਆਂ ਰੱਖੜੀਆਂ ਵੀ ਲੈ ਲਓ ਜੀ। 10 ਰੁਪਈਏ, 20 ਰੁਪਈਏ, 30 ਰੁਪਈਏ, 50 ਰੁਪਈਏ, 100 ਰੁਪਈਏ, 200 ਰੁਪਈਏ। ਭਾਈ ਰੱਖੜੀ ਦਵਾਂ, ਮੈਨੂੰ ਛਾਲ ਜੇ ਪਕੜ ਆਈ, ਛਾਲ ਜੇ ਦਿਨੋ ਆ ਨਾ। ਇਹ ਲਾਵਾ ਜੀ ਰੱਖੜੀਆਂ। ਭਾਈ ਦੋ ਮੈਂ ਤਾਂ ਦਿੰਦੇ ਵੀ ਇਹ ਇੱਕੀ ਦਵਾ, ਇੱਕੀ ਪਾਊਗਾ ਮੇਰਾ, ਇਸੋ ਦੋ ਦੋ ਕਜ ਬਣਾਣੀਆਂ, ਇੱਕੀ ਨੇ ਚਲੀ ਪਾਉਣਾ ਕੰਮ ਮਾੜਿਓ। ਅੱਛਾ ਚਲੋ ਕੋਈ ਨੀ, ਤੇ ਇੱਕ ਲੈ ਲਵਾ। ਆਓ ਕਨੇ ਨਾ, ਇੱਕ ਡੱਬਾ ਮਠਿਆਈਆਂ ਵੀ ਪਾਈ ਦਵਾ ਭਾਈ, ਗੁਲਾਬ ਜਾਮਨ ਪਾਈ ਦਵਾ ਕਿਲੋ ਭਰ। ਅੱਛਾ ਕਿਲੋ ਗੁਲਾਬ ਜਾਮਨ ਬੋਲੇ ਨਾ ਤੂੰ, ਹੈ ਨਾ ਪਾਈ ਦਿੰਦਾ ਕਿਲੋ ਗੁਲਾਬ ਜਾਮਨ, ਕਨੇ ਰੱਖੜੀ ਕਰ ਦਿੰਦਾ ਪੈਕ ਨਾ ਜੀ। ਹਾਂਜੀ ਆਪਣੀ ਬਹਿਣੀ ਜੀ ਕਰ ਲੈਂਦੀ ਫੋਨ ਸ਼ਕੁੰਤਲਾ ਚ ਨਾ, ਤੀਆ ਕਾਲੂ ਜੀ ਆਉਣਗਾ ਭਾਊ ਜੀ ਰੱਖੜੀ ਬਣਾਉਣੇ ਨਾ, ਤੀਸੀ ਸਾਬੇ ਜਾਣਾ ਮੈਂ, ਬਹਿਣੀ ਨੇ ਵੀ ਮਿਲੀ ਆਉਣਾ, ਕਹਿੰਦੇ ਭਾਊ ਨੇ ਵੀ ਮਿਲੀ ਆਉਣਾ ਸੌਗੀ ਸੌਗੀ। ਸੁਣੋ ਸੁਣੋ ਰੇ ਬਰਜ ਕੇ ਲੋਗੋ, ਮੇਰਾ ਸ਼ਾਮ ਗਬਾਚਾ ਨਹੀਂ ਆਇਆ, ਮੇਰਾ ਸ਼ਾਮ ਗਬਾਚਾ ਨਹੀਂ ਆਇਆ, ਮੇਰਾ ਸ਼ਾਮ ਗਬਾਚਾ ਨਹੀਂ ਆਇਆ। ਹੈਲੋ ਬੇਬੀ, ਹੋਰ ਖਰੀ ਤੂੰ? ਆਓ ਆਓ ਖਰੀ ਤੂੰ, ਸੁਣਾ ਤੂੰ ਖਰੀ? ਬਸ ਅੜੀਏ ਖਰੇ ਆਏ, ਤੇਰੇ ਜੇ ਟਾਈਮ ਨਿਕਲਿਆ ਹੋ ਨਾ, ਸੇ ਖਰੇ ਹੀ ਹੁੰਦਾ। ਅੱਛਾ ਹੋਰ ਕੰਮ ਕਾਰ ਕਿਆ ਨੂੰ ਅੜ ਰਾਜ ਕਲਾ? ਅੜੀਏ ਬੋਬੋ ਤੀਜੋ ਪਤਾ ਤਾਂ ਅੱਜ ਕੱਲ ਘਾਹ ਪੱਠੇ ਦੇ ਕੰਮ ਘਾਹ ਨੀ ਮੁੱਕਦਾ ਵੀ ਆ, ਵੱਡੇ ਵੱਡੇ ਨੇ ਮੈਸੇ ਤਾਂ ਵੀ ਟਾਈ 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 ਲਾਇ ਰੱਖਦੀ ਆ ਸਿਰਾ ਪਰ, ਜਿਤਨਾ ਮਰਜ਼ੀ ਚਾਰੇ ਦੋ ਤਿੰਨ ਜੇ ਚਾਹੇ। ਅੱਛਾ ਅੱਛਾ ਤਾਂ ਜੇ ਤੇ ਸਿਖਾਈ ਰਹੀ ਤਿੰਨੋ ਟਾਈ ਟਾਈ, ਤਾਂ ਤਿੰਨ ਟਾਈ ਟਾਈ ਨੀ ਕਰਨੀ ਵੀ, ਹੋਰ ਕਿਆ ਕਰਨ, ਢੰਗਾਂ ਨੇ ਪਾਲੀ ਨੀ ਆ ਮੈਸੀ, ਤਾਂ ਬਣਾ ਰਹੀ ਆ ਤੇਲਾ ਪਰ ਗੱਟੀਆ, ਫਿਰ ਤਿੰਨ ਟਾਈ ਟਾਈ ਕਰਨੀ। ਇਹ ਤਾਂ ਤੂੰ ਖਰਾ ਗਲਾਇਆ ਬੋਬੋ। ਅੱਛਾ ਹੋਰ ਸੁਣਾਵਾ, ਕੱਲ ਜੀ ਆਉਣਾ ਤੂੰ ਭਾਊਏ ਜੋ ਰੱਖੜੀ ਬੰਨਣੇ ਬੋਬੋ? ਓ ਮੈਂ ਤਾਂ ਸੋਚ ਰਿਹਾ ਵੀ ਸੰਜਰੀਏ ਚੱਲ ਜਾਣਾ, ਮਾਵਾਰਾ ਰੋਸਾ ਮਲੇਖਾ ਵੀ ਮਟਾਈ ਦੇਣਾ, ਕਹਿੰਦੇ ਬਾਕੀ ਗੱਲ ਬਾਤ ਵੀ ਹੋਈ ਐ ਜਰ ਕਰ ਖੁਸ਼ੀਏ ਦੇ ਮੌਕੇ ਪਰ, ਹੋਰ ਕਿਆ ਤੂੰ ਕੱਲ ਹੀ ਆਉਣਾ ਰੱਖੜੀ ਪਾੜੇ। ਦੀਦੀ ਮੈਂ ਵੀ ਸੰਜਰੀਏ ਹੀ ਆਉਣਾ ਥਾ ਨਾ, ਪਰ ਜੇ ਸੱਸ ਭੇਜੀ ਦੇਣ ਦੀ। ਹੈ ਕਿਆ ਗੱਲ, ਅਰੇ ਭੇਜ ਦੀ ਵੀ ਪਈ ਕੁੜੀਏ, ਦੀਦੀ ਤੀਜੋ ਨੀ ਪਤਾ ਮੇਰੀ ਸੱਸ ਨਾ ਪਿਓ ਕੀ ਯਾਰ ਨਾ ਸੁਣੀ ਨੇ, ਨਾ ਪਰ ਨਾ ਹੋਈਆਂ ਈ ਬੜੀ ਭਈਜਾ ਰਹੀ ਹੈ ਪਿਓ ਕੀ ਯਾਰ ਨਾਵਾਂ ਤੇ, ਜੇ ਆ ਬੋਲੀ ਵੀ ਦੂ ਨਾ ਕਦੀ ਵੀ ਪਿਓ ਕੀ ਯਾਰ ਜਾਣ, ਤੇ ਏਡਾ ਵੱਡਾ ਤੂੰ ਬੜਾ ਸੁੱਜੀ ਆਂਦਾ ਤੀ ਹਰਾ। ਮੀਏ ਕਰੀ ਦੇਖਿਆ ਤੂੰ ਟਰਾਈ, ਪੁੱਛੀ ਦੇਖਿਆ ਮੀਏ ਪਿਆਰਾ ਪਿਆਰਾ ਨੇ ਮਨਾਇਆ, ਕਿਆ ਪਤਾ ਮੰਨੀ ਆਓ। ਅੜੀਏ ਦੀਦੀ ਘਰ ਕੀ ਗੱਲ ਭਲਾ ਜੇ ਮੰਨ ਗਈ ਸਾਸੂ ਮਾਂ ਮੇਰੀ, ਮੇਰੀ ਸਾਸੂ ਮਾਂ ਨਾ ਬੜੀ ਭਰੀ ਡੈਂਜਰ ਹੈ ਡੈਂਜਰ। ਓ ਕੋਈ ਗੱਲ ਨੀ ਜੇ ਡੈਂਜਰ ਹੀ ਤਾਂ ਮੀਏ ਪਿਆਰ ਨੇ ਹਰ ਕੋਈ ਮੰਨੀ ਜਾਣਾ, ਪਿਆਰਾ ਨੇ ਮਨਾਇਆ ਤੂੰ ਇੱਕ ਵਾਰੀ। ਜੇ ਬੋਬਾ ਰੱਖੜੀ ਪਨਾਣੇ ਜਾਣਾ ਪਿਓ ਕੀ ਯਾਰੇ, ਸੱਸ ਮਨਾਣੇ ਪਾਣੀ ਹੋ, ਬੋਬਾ ਸਾਲਾ ਚ ਆਉਂਦਾ ਇੱਕ ਬਰ ਸਾਰਾ ਪਿਆੜਾ ਲੁਕੋ, ਪਿਓ ਕੀ ਯਾਰੇ ਜਾਣੇ ਪਾਉਣਾ ਹੋ। ਜਾਈ ਆਉਂਦੀ ਹੈ
ਪੁੱਛੀ ਆਉਂਦੀ ਹੈ ਸਾਸੂ ਮਾਂ ਤੇ ਨਾ ਵੀ ਤੂੰ ਭੇਜਣੀ ਆ ਪਿਓਕੀਆਂ ਰੱਖਣੀਆਂ ਰਿਕੀਆਂ ਨੀ ਭੇਜਣੀ ਹੈ, ਪੁੱਛਣੇ ਪਾਉਂਦੇ ਵੱਡੇ ਘਰਾਂ ਦੇ, ਤਾਂ ਹੀ ਹੋਣੀ ਹੈ ਗੇਮ। ਮੰਮੀ ਜੀ ਆ ਲਾੜੀਏ ਬੋਲ, ਕਿਆ ਬੋਲਾ ਦੀ ਹੈ ਤੂੰ? ਮੰਮੀ ਜੀ ਮੰਮੀ ਜੀ ਮਸੰਜਰੀਆ ਨਾ ਉਹ ਜਾਣਾ ਪਿਓਕੀਆਂ ਰੇ, ਰੱਖੜੀਆਂ ਨੀ ਚੱਲੀ ਰਹੀ ਨਾ ਮਸੰਜਰੀ ਪਿਓਕੀਆਂ ਰੇ, ਪਿਆ ਗਾਈ ਜਾਂਗੀ ਅਟੀ ਨੇ ਫੇਰੀ ਰੱਖੜੀ ਰੁਖੜੀ ਬਣਾਏ ਨੇ ਪਾਈਏ ਔਰ ਜੋ। ਉਹ ਦੇਖੀ ਲਿਆ ਪਾਈ, ਤੂੰ ਹਰੀਆਂ ਆਪਣੀਆਂ ਮਰਜ਼ੀਆਂ ਚੱਲਣੀਆਂ, ਹਰੀਆਂ ਮਰਜ਼ੀਆਂ ਥੋੜੀ ਚੱਲਦੀਆਂ ਵੀ ਆ, ਜੇ ਜਾਣਾ ਹੋਊਗਾ ਨਾ ਤਾਂ ਸੋਚੀ ਸਮਝੀ ਨਹੀਂ ਜਾਇਆ ਪਾਈ ਆ। ਕੀ ਹੋਇਆ ਮੰਮੀ ਜੀ, ਕਿਆ ਗੱਲ ਹੋਈ ਪਈ? ਉਹ ਬੋਬਾ ਹੁਣਾ ਕਿਆ ਇਤਨੀ ਭਾਰੀ ਬਿਮਾਰ ਰਹੀ ਆ, ਉਹ ਮਹੀਨਾ ਭਰ ਮੰਜੇ ਪਰ ਪਈ ਨੀ ਰਹੀ, ਮੇਰੀ ਤਾਂ ਬਚਣੇ ਦੀ ਮਿਹਨਤ ਮਨੀ ਸੀ, ਤੀਜੋ ਪਤਾ ਹੀ ਆ ਉਹ ਕਿਹਾ ਕਿਹਾ ਬਚੀ, ਪਰ ਪਾਇਆ ਤੇਰੇ ਪਿਓ ਕੀ ਇੱਕ ਵਾਰੀ ਵੀ ਪੈਰ, ਕੀ ਹਾਲ ਚਾਲ ਵੀ ਪੁੱਛੋ, ਫੋਨ ਨਾ ਪਰੀ ਕਦੀ ਬਾਰ ਪਈ, ਕੁੜਮਣੀ ਖਰੀ ਕੀ ਆ ਨੀ ਖਰੀ, ਪਰ ਤੇ ਤਾਂ ਦੀ ਜੇ ਸਹੁਰਾ ਮੁੱਕੀ ਰਹਾ ਤੇਰਾ, ਤੇਨੇ ਸੱਚਾ ਝੂਠਾ ਪੈਰ ਨੀ ਪਾਇਆ ਵੀ ਹਾ, ਕਿਆ ਪੈਸਾ ਦਾ ਤੇ ਕੁੜਮਣੀਏ, ਤੇਨੇ ਰੋਣਾ ਫਰਜ ਨੀ ਬਣਦਾ ਵੀ ਆਈ ਹੈ ਰਿਸ਼ਤੇ ਚ ਹੈ? ਰਿਸ਼ਤੇ ਮਜ਼ਾਕ ਬਣਾਏ ਹੋਏ, ਬਸ ਆਪਣੀ ਬਾਰੀਆ ਸੱਦੀ ਲਏ ਬਸਰ ਮਦਾਏ ਹੋਏ ਨੇ ਨਾ, ਕਦੇ ਆਪਣੀ ਬਾਰੀ ਆਏ ਨੇ ਰਾਜੀ ਨੀ ਹੁੰਦੇ ਵੀ ਇੱਥੇ ਪਈ ਇੱਕ ਪੈਰ ਵੀ ਪਾਓ ਨਾ, ਤਾਂ ਵੀ ਮੰਨੂ ਆਉ ਗੱਲ ਪਏ ਰਿਸ਼ਤੇਦਾਰ ਏ ਪਈ, ਇਹਨਾਂ ਥੋੜੀ ਜਿਹਾ ਪਈ ਕੁੜੀ ਵਿਆਹੀ ਤੀ ਤਾਂ ਇਸ ਤੇ ਬਾਅਦ ਪੁੱਛਣਾ ਗਿਣਦੇ ਨਹੀਂ ਲਈਏ ਕੁਛ ਵੀ। ਮੰਮੀ ਜੀ ਇਹੜੀ ਗੱਲ ਨੀ ਤੇਰੀ, ਤੂੰ ਸੋਚਾ ਦੇ ਸਹੀ ਫਸੇ ਰਹੇ ਹੋਣੇ ਤੇ ਇਸ ਟਾਈਮ ਕਿਸੇ ਨਾ ਕਿਸੇ ਗੱਲ ਚ ਨਾ, ਤਾਂ ਇੰਡੀਆ ਆਈ ਹੋਇਆ ਵੀ ਅਤੀ ਨਾ ਤੇ ਨਹੀਂ ਤਾਂ ਉਹ ਹੀ ਤੇ ਸੱਚਾਈ ਘੜੀ ਦੀ ਘੜੀ ਆ ਉੱਥੇ, ਪਰ ਆਉਂਦੇ ਜ਼ਰੂਰ ਥੇ ਇੱਕ ਹੀ ਟਾਈਮ, ਪਰ ਤੂੰ ਤੂੰ ਮਿੰਜੋ ਜ਼ਿਆਦਾ ਚਾਲੂ ਨਹੀਂ ਬਣਾ ਦੇ, ਮਿੰਜੋ ਤਾਂ ਬਾਅਦ ਚ ਲੱਗੇ ਗਵਰੀਆਂ ਜਨਾਨਾਂ ਦੇ ਪਤਾ ਪਈ ਗੱਲ ਕਿਆ ਥੀ ਮੇਨ ਜਈ, ਸਤ ਇਸ ਟਾਈਮ ਹੋ ਗਏ ਰੇ ਥੇ ਘੁੰਮਣੇ ਕੁੱਤ ਕੀ ਜੋ, ਸਤ ਮਿੰਜੋ ਕੁਨ ਕੀ ਜਨਾਨੇ ਗਲਾਇਆ, ਪਰ ਹੁਣ ਮਿੰਜੋ ਜਾ ਘਰ ਨਾ ਭੁੱਲੀ ਗਏ ਨੇ ਤਾਂ ਮੈਂ ਸਾਹਿਬ ਦੱਸੀ ਦੇਣਾ ਹੈ, ਕੁਤੀ ਫਸ ਰਹੇ ਸੇ ਬੜੇ ਭਾਰੀ ਰੇਲਾ ਪਰ ਫਸੀ ਰਹੇ ਪਈ ਹੈ, ਇੰਨੇ ਗਲਾੜੇ ਦੀਆਂ ਗੱਲਾਂ ਹੋਈਆਂ ਪਰ ਅਸਲ ਗੱਲ ਕੁਛ ਹੋਰ ਹੀ ਆਉਂਦੀ ਹੈ। ਉਹ ਤਾਂ ਮੰਮੀ ਜੀ ਨਾਰਾਜ਼ ਕੀ ਤੁਹਾਰੀ ਤਿਨਾ ਨੇ ਨਾ, ਕਹਿੰਦੇ ਤਿਨਾ ਦੀ ਤੂਹਾ ਨਹੀਂ ਮੇਰੀ ਨਾਰਾਜ਼ਗੀ ਨਾ, ਉਹ ਖਤੇ ਹੀ ਨਾ ਖਤੇ ਹੀ, ਮੈਂ ਤਾਂ ਜਾਣਾ ਹੀ ਆ ਪਾਈਆ ਰੱਖੜੀਆਂ ਬਣਾਉਣੇ, ਮੈਨੂੰ ਭੇਜਦਾ ਵਾ ਨਾ ਤੂੰ ਰੱਖੜੀਆਂ ਦਾ ਤਿਉਹਾਰ ਬਣਾਉਣੇ, ਮੈਨੂੰ ਕਦੇ ਰੋਕਾ ਦੇ ਤੂੰ ਹੈੜਿਓ। ਭਾਈਆ ਮਾਂ ਨੀ ਬੋਲਣਾ ਵੀ ਕੁਛ ਨੀ, ਜੇ ਜਾਣਾ ਹੋਊਗਾ ਨਾ ਇਸ ਘਰ ਦੇ ਰਸਤੇ ਬਾਂਧਦੇ ਫਿਰ ਤੇਰੇ ਖਾਤਰ, ਭੈਣਾ ਆਪੇ ਸੋਚੀ ਸਮਝੀ ਨੇ ਪੱਟੇ, ਇਸ ਘਰ ਤੇ ਕਦਮ ਬਾਹਰ ਆ ਜੋ ਨਾ ਫਿਰ ਦੀ ਹੈ ਆਉਂਦਾ ਪਈ, ਤੂੰ ਉਹ ਖਤੇ ਵੀ ਜਾਂਦੀ ਕਹਿੰਦੇ ਖਤੇ ਵੀ ਜਾਂਦੀ, ਸਮਝੀ ਕਿ ਨਾ ਗੱਲ ਮੇਰੀ। ਓ ਪਰਮਾਤਮਾ ਜੀ ਸਾਸਨ ਕੁਸੀ ਜੁਨੀ ਦੋ ਕੁਸੀ ਜੁਨੀ ਦੋ ਪਈ, ਇਹ ਨੀ ਭੇਜਣੀ ਵੀ ਆ ਹੁਣ ਹੁਣੇ ਨਾ ਲਾੜੇ ਤੇ ਪੁੱਛਾ ਜੇ ਸਹਿ ਭੇਜ ਦੇਗਾ, ਜੇ ਸਹਿ ਵੀ ਇਹ ਨਹੀਂ ਕਰ ਗਨ ਤਾਂ ਫਿਰ ਹੋ ਹੀ ਲਿਆ ਮੇਰਾ ਸਰਬਨਾਸ ਫੇਰੀ, ਆ ਬਾਬਾ ਕਿਆ ਕਰਨਾ ਹੁਣ ਫਸੀ ਗਰੀ ਵਿਆਹ ਕਰਾਈ ਨੇ ਇਸ ਘਰੇ ਨਾ, ਹੁਣ ਕੱਟਣੇ ਪਾਉਣੀ ਔਖੀ ਸੁਖਾਲੀ। ਸਵਾਮੀ ਜੀ ਸਵਾਮੀ ਜੀ ਮਾਂ ਨਾ ਆਪਣੇ ਭਾਊਏ ਜੋ ਰੱਖੜੇ ਬੰਨਣੇ ਜਾਣਾ ਪਿਓ ਕੀ ਆ ਰਿਆੜਿਓ। ਅਬੋ ਮੇਰੀ ਗੱਲ ਸੁਣੀ ਲੈ ਤੂੰ, ਕੰਨਾ ਖੋਲੀ ਲੈ, ਅਲੀ ਕੋਈ ਜ਼ਰੂਰਤ ਉੱਥੇ ਜਾਣ ਦੀ, ਸਮਝੀਗੀ ਨਾ ਮੇਰੀ ਗੱਲ, ਤਾਂ ਜੇ ਤੇਰੇ ਆਹਨੇ ਜੇ ਰੱਖਿਆ ਵੀ ਆਉਣ ਜਾਣ ਤਾਂ ਹੈ ਕਦੋਂ ਜਾਣਾ, ਬਿਲਕੁਲ ਨੀ ਜਾਣਾ ਵੀ ਆ, ਤੀਜੋ ਕੋਈ ਜ਼ਰੂਰਤ ਨੀ ਇਸ ਘਰ ਤੇ ਬਾਹਰ ਜਾਣ ਦੀ, ਸਮਝੀ ਨਾ ਗੱਲ ਮੇਰੀ। ਅਰੇ ਸਵਾਮੀ ਜੀ ਬਹੁਤ ਜ਼ਿਆਦਾ ਨਾਟਕ ਮਤ ਕਰਦੀ ਵੀ ਮੇਰੇ ਸਾਹਮਣੇ, ਮੇਰੇ ਸਾਹਮਣੇ ਰੋਣੇ ਫਫਲਾਉਣੇ ਦੀ ਕੋਈ ਜ਼ਰੂਰਤ ਨੀ, ਸਮਝੀ ਗੀ ਨਾ ਤੂੰ? ਅਬੋ ਮੈਂ ਸੋਚਿਆ ਹਾਂ ਭੇਜ ਤੇ ਪੁੱਛ ਗਈ ਸਪੇ ਜਿਹੜੀ ਆਉਣਾ,
ਪਰ ਇਹ ਤਾਂ ਆਪਣੀਆਂ ਮਾਵਾਂ ਨੇ ਵੀ ਬੁਰਾ ਨਿਕਲਿਆ। ਹੁਣ ਹੋਰ ਹੀ ਸੋਚਾਂ ਹੀ ਕੁਛ, ਕਿਉਂਕਿ ਨਾ ਸਕੀਮ ਤਾਂ ਲਾਣੀ ਪਾਉਣੀ ਕੋਈ ਨਾ ਕੋਈ। ਇਹ ਥੋੜੀ ਥੋੜੀ ਦੇਣਾ ਰਿਸ਼ਤਾ ਜੀਤੇ ਜੀ। ਆ ਹੈਲੋ ਬੇਬੇ, ਕਿੱਥੇ ਤੂੰ ਹੈ ਮਾਇਓ? ਬਸ ਅੜੀਏ ਚੱਲੀ, ਹੁਣ ਤਿਆਰ ਤੀ ਹੋਏ ਨੇ ਜੰਦਾ ਕੁੰਡਾ ਲਾਣਾ ਨਾ। ਕਿਨੇ ਟੈਸਕੀ ਵਾਲੇ ਕਰਤਨਾ, ਮੈਂ ਫੋਨ ਟੈਸਕੀ ਵਾਲੇ ਆਉਣਾ ਤੀ ਸਹਾਰਨ ਮਾਰਨਾ, ਕਹਿੰਦੇ ਮੈਂ ਚੱਲੀ ਜਾਣਾ ਅੱਡੇ ਤੱਕ, ਕਹਿੰਦੇ ਅੱਡੇ ਤੇ ਬੱਸ ਲੈਣੀ, ਕਹਿੰਦੇ ਫਿਰ ਬੱਸ ਚ ਪੁੱਜੀ ਆਉਣਾ ਏ ਜਾਏ ਨੇ ਆਪਣੇ ਪਿਓਕੀਆਂ ਦੇ। ਆ ਤੂੰ ਅੜੀਏ ਬੇਬੇ, ਮੇਰੀ ਸੱਸ ਮਾਰਾ ਕਰਾਂ ਦੀ ਬੱਲਿਆ ਨੀ ਜਾਣਾ ਵੀ ਆ ਪਿਓਕੀਆਂ ਰੇ। ਹੁਣ ਤੂੰ ਹੀ ਦੱਸ ਪਈ ਤੀਆ ਤੇ ਬਦੀ ਦੇ ਅੱਗੇ ਕੀ ਆਈ ਜਾਣਾ ਮੈਂ। ਕਿਹੜਾ ਜਿਹਾ ਲਾਂਬੂ ਭੜ ਕੇ ਨਾ ਤੇਰੀ ਸੱਸਾਂ ਜੋ ਭੇਜ ਦੀ ਭੇਜੀ ਕਰਦੀ ਸੈ। ਇਹੜੀ ਕਿਹੜੀ ਬਿਮਾਰੀ ਪਈ ਕਿ ਵੱਡੇ ਘਰ ਦੀ ਆ ਬਾਬਾ, ਪਤਾ ਨੀ ਕਿਹੜੀ ਕਿਹੜੀ ਗੱਲਾਂ ਯਾਦ ਰੱਖੀ ਨੇ ਇਹਨੇ ਗੱਠੀ ਬੰਦੀ ਨੇ ਨਾ। ਇਹਨੇ ਸੁਣਾਈ ਕਰਦੇ ਵੀ ਜੋ ਦੋਨੋਂ ਮਾਂ ਵੀ ਕਹਿੰਦੇ ਪੁੱਤਰ ਵੀ ਇਹਨੇ ਦੂਈ ਨਾ ਇਹ ਟੰਗੀ ਤਰੀਆ ਹੋਈ ਹੈ। ਉਹ ਤੂੰ ਛੱਡ ਦਾ ਸਾਰੀਆਂ ਗੱਲਾਂ ਜੋ ਆਈ ਆ ਤੂੰ ਮਾਰ ਗੋਲੀ ਦੇਖੀ ਲੈਗੇ ਬਾਅਦ ਚ ਕਿਆ ਹੁੰਦਾ ਕਦੇ ਕਿਆ ਨੀ ਨਾ। ਮੈਂ ਤਾਂ ਲੈਂਦੀ ਟੈਨਸ਼ਨ ਫਾਲਤੂ ਰੀ, ਨਹੀਂ ਤਾਂ ਤੀਜੋ ਕੁਛ ਕੀ ਹੋਈ ਗਿਆ ਤਾਂ ਮੈਂ ਕੁਤੀ ਤੇ ਲੈਣੀ ਆਪਣੀ ਪਿਆਰੀ ਪਿਆਰੀ ਬੈਣ। ਓੜੀਏ ਬੱਬੂ ਆਵਾਜ਼ ਤਾਂ ਜਾਊ ਨਾ ਆਪਣੀ ਜਿੱਦ ਕਰੀ ਦੇ, ਫਿਰ ਅੱਗੇ ਗੱਲ ਵਧੀ ਆਣੀ ਆੜੇ। ਅਬ ਉਹ ਤਾਂ ਤੇਰਾ ਤੂੰ ਦੇਖ ਲਿਆ ਹੁਣ ਆਪਣੇ ਹਿਸਾਬੇ ਕਿਆ ਕਰਨਾ ਕਦੇ ਕਿਆ ਨੀ ਕਰਨਾ। ਤਾਂ ਦੀਦੀ ਤੂੰ ਇਹ ਨਾ ਕਰਨਾ ਨਾ, ਇੱਕ ਰੱਖੜੀ ਮੇਰੇ ਨਾਲ ਤੇਰੀ ਪਾਈ ਦਿੰਦਾ ਪਾਈਏ ਚੋ। ਸੋਰੀ ਬੋਲੀ ਤੈਨੂੰ ਕਦੇ ਪਿਆ ਨੀ ਆਈ ਹੋਇਆ ਵੀ ਆ ਵੇਤੇ ਨਾ, ਪਰ ਕਰੀ ਤੈਨੂੰ ਇਸ ਤਰ੍ਹਾਂ ਕੇ ਕੰਮ ਪੂਰਾ। ਮੈਂ ਤਾਂ ਵੀ ਇਹ ਬੋਬੋ ਰੱਖੜੀਆਂ ਵੀ ਕੱਲ ਹੀ ਖਰੀਦਣ ਰਹੀ, ਕਹਿੰਦੇ ਡੱਬਾ ਵੀ ਲੈ ਆਉਂਦੀ ਰਹਿ ਬੜੇ ਆਈ ਯਾਰ, ਪਰ ਕਿਆ ਕਰਨਾ ਸੱਸੇ ਭੇਜੀ ਨੀ ਤਾਂ ਜੇ ਆਊ ਕਿਆ ਕਰਨਾ, ਜਿਹੜੀ ਕਿਸਮਤੀ ਖਰਾਬ ਹੀ ਮੇਰੀ। ਕਹਿੰਦੇ ਸਾਜੇ ਮੇਰੇ ਭਾਈਆ ਪੈਸੇ ਦੇਣੇ ਨਾ ਬਿੰਜੋ, ਇਸੇ ਵਿੱਚ ਗੂਗਲ ਪੇ ਦੇ ਮਾਧਿਅਮ ਵਾਲੇ ਭੇਜ ਦੇ ਦੋ ਦੀਦੀ ਤੂੰ ਠੀਕ ਹੈ ਨਾ। ਇਹ ਛੋ ਕਰੀਏ ਤੂੰ ਰੋਂਦੀ ਮਤ, ਨਹੀਂ ਤਾਂ ਮੇਰਾ ਵੀ ਦਿਲ ਕੱਢ ਜਾਵੀ ਹੈ। ਮਤ ਰੋਂਦੀ ਤੂੰ ਨਹੀਂ ਤਾਂ ਵੀ ਰੋਈ ਦੇਣੀ, ਮੇਰਾ ਵੀ ਦਿਲ ਖਰਾਬ ਹੋਈ ਜਾਣਾ ਫਿਰ ਮੀਏ। ਮਤ ਰੋਂਦੀ ਤੂੰ ਜਿੱਥੇ ਜੇ ਰੱਖੜੀ ਲੈਣੀ ਤਿੱਥੇ ਇੱਕ ਹੋਰ ਲਈ ਆਉਂਗੀ ਆਉਂ ਤੇਰੇ ਨਾਂ ਤੇ। ਮਤ ਕਰਦੀ ਵੀ ਤੂੰ ਚਿੰਤਾ, ਮਤ ਲੈਂਦੀ ਵੀ ਟੈਨਸ਼ਨ ਮੀਏ। ਬਸ ਦੀਦੀ ਤੂੰ ਇਹ ਤਰ੍ਹਾਂ ਕਰ ਕੰਮ ਕਰੀ ਦੇ ਨਾ, ਫਿਲਹਾਲ ਮੇਰਾ ਜਾਣਾ ਤਾਂ ਹੈ, ਮੈਂ ਕਿਸੇ ਦਿਨ ਪਾਉਏ ਬਾਲ, ਪਰ ਬਾਅਦ ਚ ਜਾਈ ਆਉਂਗੀ ਫੇਰ ਹੀ। ਹੁਣ ਇਹ ਤਾਂ ਭੇਜਣੀ ਨੀ ਆਉ ਸੱਸਾ, ਤੇ ਕਿਆ ਕਰਨਾ ਫੇਰ ਹੀ। ਅਬੋ ਤੇਰੀਆਂ ਸੱਸਾਂ ਜੋ ਤਾਂ ਕਿਆ ਹੀ ਬੋਲੂ ਆਉ, ਇਹੜੀ ਜਨਾਨਾ ਨਾ ਕੁਤੀ ਨੇ ਦੇਖੀ ਵੀ ਵੈੜੀ ਮੂੜ ਜਿਹੀ ਜਨਾਨਾ ਹੀ ਕੁਛ ਕੀ ਤੇਰੀ ਸੱਸ ਵੀ ਏ। ਜਾਣੇ ਦਿੰਦੀ ਛੋਰੀਆ ਜੋ ਕਿਤੇ ਨੇ ਪਿਓਕੇ ਨੇ ਤਾਂ ਕਿਆ ਚੱਲ ਜਾਣਾ ਹੈ ਤੇਰਾ, ਕਿਆ ਘਟ ਜਾਣਾ ਹੈ ਖੂਨ ਘਟ ਜਾਣਾ ਹੈ ਕਿਲੋ ਦੋ ਕਿਲੋ, ਪਰ ਸਮਝਦੀ ਨੀ ਕੁਛ ਕੀ। ਦੀਦੀ ਛੱਡਾ ਪਰੇ ਤੂੰ ਹਜੇ ਨੀ ਪਤਾ, ਇਹਨੇ ਨੀ ਪਾਈ ਸਕਦਾ ਵੀ ਆ ਕੋਈ ਵੀ ਆਪਣੇ ਪੂਰੇ, ਇਹਨੇ ਪੂਰੇ ਪਾਣੇ ਨਾ ਬੜ ਭਰੀ ਮੁਸ਼ਕਲ ਏ। ਕਹਿੰਦੇ ਇੱਕ ਗੱਲ ਹੋਰ ਸੁਣ ਲਓ ਮੇਰੀ, ਜੇ ਪਾਉ ਪੁੱਛ ਗਿਆ ਨਾ ਭੇ ਕੁਤੀ ਸੈ ਨਾ, ਤਾਂ ਤੂੰ ਇਹਨਾਂ ਬੋਲੋ ਭੇ ਬਿਮਾਰ ਹੋਈ ਗਈ ਸੀ ਜ਼ਿਆਦਾ ਹੀ ਤਾਂ ਨੀ ਆਈ ਹੋਇਆ ਵੀ ਅਤੀ ਹਾਤੇ ਆ ਨਾ, ਇਹਨਾਂ ਦੀ ਹਾਂ ਬੋਲਦੇ ਭੇ ਸੱਸੇ ਨੀ ਭੇਜੀ ਵੀ। ਠੀਕ ਅੜੇ ਤੂੰ ਮਤ ਕਰਦੀ ਵੀ ਫਿਕਰ, ਤੂੰ ਮਤ ਕਰਦੀ ਵੀ ਚਿੰਤਾ ਵੀ ਏ। ਨਮਸਕਾਰ ਦੋਸਤੋ, ਤੂੰ ਹਜੇ ਭੇਜ ਦਿੰਦੀ, ਤੂੰ ਹਰੀ ਸੱਸ ਪਾਊ ਜੋ ਰੱਖੜੀ ਪਾਣੀ ਕੇ ਨਹੀਂ ਭੇਜਦੀ ਵੀ, ਕਮੈਂਟ ਚ ਜਰੂਰ ਦੱਸ ਦੋ ਕਹਿੰਦੇ ਕਿਹੜੀ ਲੱਗੀ ਤੂੰ ਹਜੇ ਹਰੀ ਵੀਡੀਓ, ਕਿਹੜੇ ਜੇ ਪਾਰਟ ਤੂੰ ਹਜੇ ਵੀਡੀਓ ਰੱਖਣਾ ਲੱਗਿਆ ਨਾ, ਇਹ ਵੀ ਕਮੈਂਟ ਚ ਜਰੂਰ ਦੱਸ ਦੋ ਕਹਿੰਦੇ ਵੀਡੀਓ ਚ ਲਾਈਕ ਕਰਨੋ, ਸ਼ੇਅਰ ਕਰਨੋ, ਕਹਿੰਦੇ ਚੈਨਲ ਕਰਨੋ ਸਬਸਕ੍ਰਾਈਬ, ਕਹਿੰਦੇ ਨਾ ਬੈਲ ਆਈਕਨ ਵੀ ਦੱਬੀ ਦੀ ਨਾਲ ਪਰ। ਬਾਕੀ ਥੈਂਕਸ ਫਾਰ ਵਾਚਿੰਗ, ਹੈਵ ਅ ਗੁੱਡ ਡੇ, ਲਵ ਯੂ ਆਲ, ਸਾਈਨਿੰਗ ਆਫ ਗਾਈਸ, ਬਾਏ ਬਾਏ।